ਹਾਂਜੀ ਸਤਿ ਸ਼੍ਰੀ ਅਕਾਲ ਜੀ। ਅੱਜ ਗੱਲ ਕਰਨ ਜਾ ਰਹੇ ਹਾਂ ਸਨੀ ਲਿਓਨ ਬਾਰੇ। ਐਡਲਟ ਸਟਾਰ ਨਾਲ ਬਾਲੀਵੁੱਡ ਅਦਾਕਾਰ ਬਣੀ ਸਨੀ ਲਿਓਨ ਦੇ ਵਿਆਹ ਨੂੰ 7 ਸਾਲ ਹੋ ਚੁੱਕੇ ਹਨ। ਅਦਾਕਾਰ ਨੇ ਆਨੰਦ ਕਾਰਜ ਦੀ ਰਸਮ ਦੀ ਤਸਵੀਰ ਪਹਿਲੀ ਵਾਰ ਫੈਨਸ ਨਾਲ ਸਾਂਝੀ ਕੀਤੀ ਹੈ। ਇਸ ਵਿੱਚ ਪੰਜਾਬੀ ਦੁਲਹਨ ਦੀ ਲੁੱਕ 'ਚ ਨਜ਼ਰ ਆ ਰਹੀ ਸਨੀ ਲਿਓਨ ਬੇਹੱਦ ਖੂਬਸੂਰਤ ਲੱਗ ਰਹੀ ਹੈ। ਤਸਵੀਰ ਵਿੱਚ ਪਤੀ ਡੈਨੀਅਲ ਨਾਲ ਸਨੀ ਗੁਰਦੁਆਰੇ 'ਚ ਹੱਥ ਜੋੜੇ ਦਿਖਾਈ ਦੇ ਰਹੀ ਹੈ। ਸਨੀ ਲਿਓਨ ਦੇ ਵਿਆਹ ਦੀ ਇਹ ਫੋਟੋ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ। ਤਸਵੀਰ ਨੂੰ ਸਿਰਫ 30 ਮਿੰਟ ਵਿੱਚ 1 ਲੱਖ ਤੋਂ ਜ਼ਿਆਦਾ ਲਾਈਕ ਮਿਲੇ ਸਨ। 7ਵੀਂ ਐਨੀਵਰਸਰੀ 'ਤੇ ਵਿਆਹ ਦੀ ਇਹ ਫੋਟੋ ਸਾਂਝੀ ਕਰਕੇ ਸਨੀ ਲਿਓਨ ਨੇ ਲਿਖਿਆ ਹੈ ਕਿ 7 ਸਾਲ ਪਹਿਲਾਂ ਅਸੀਂ ਭਗਵਾਨ ਦੇ ਸਾਹਮਣੇ ਸਹੁੰ ਚੱਕੀ ਸੀ ਕਿ ਇੱਕ ਦੂਜੇ ਨੂੰ ਹਮੇਸ਼ਾ ਪਿਆਰ ਕਰਾਂਗੇ ਚਾਹੇ ਹਾਲਤ ਜਿਹੋ ਜਿਹੇ ਮਰਜ਼ੀ ਹੋਣ। ਮੈਂ ਅਜਿਹਾ ਕਹਿ ਸਕਦੀ ਹਾਂ ਕਿ ਉਸ ਦਿਨ ਤੋਂ ਕਈ ਜ਼ਿਆਦਾ ਮੈਂ ਅੱਜ ਤੁਹਾਡੇ ਨਾਲ ਪਿਆਰ ਕਰਦੀ ਹਾਂ। ਵਰੇਗੰਢ ਮੁਬਾਰਕ। ਸੋ ਸਾਡਾ ਲਵ ਫੋਰ ਐਵਰ ਚੈਨਲ ਵੀ ਉਹਨਾਂ ਨੂੰ ਉਹਨਾਂ ਦੀ ਐਨੀਵਰਸਰੀ ਮੌਕੇ 'ਤੇ ਮੁਬਾਰਕਾਂ ਦਿੰਦਾ ਹੈ ਅਤੇ ਤੁਹਾਨੂੰ ਰਿਕੁਐਸਟ ਕਰਦਾ ਹੈ ਕਿ ਜਿਹੜੇ ਵੀ ਉਹਨਾਂ ਦੇ ਫੈਨ ਨੇ ਕਮੈਂਟ ਵਿੱਚ ਜ਼ਰੂਰ ਉਹਨਾਂ ਨੂੰ ਹੈਪੀ ਐਨੀਵਰਸਰੀ ਲਿਖੋ। ਸੋ ਇਸਦੇ ਨਾਲ ਹੀ ਹੁਣ ਦੀ ਵੀਡੀਓ ਕਰਦੇ ਹਾਂ ਸਮਾਪਤ। ਸਾਡੇ ਚੈਨਲ ਨਾਲ ਬਣੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਲਵ ਫੋਰ ਐਵਰ ਚੈਨਲ ਦੀ ਯੂਟਿਊਬ ਫੈਮਿਲੀ ਹੋਰ ਵੀ ਵੱਡੀ ਹੋ ਸਕੇ। ਸਤਿ ਸ਼੍ਰੀ ਅਕਾਲ।